ਖਰੜ ਦੇ ਵਿੱਚ ਵੱਡਾ ਇਨਕਾਊਂਟਰ ਦੇ ਨਾਲ ਜੁੜਿਆ ਹੋਇਆ ਮਾਮਲਾ ਸਾਹਮਣੇ ਆਇਆ। ਦਰਅਸਲ ਖਰੜ ਦੇ ਸਮਾਟਾ ਚੌਕ ਦੇ ਨਜ਼ਦੀਕ ਪੁਲਿਸ ਅਤੇ ਗੈਂਗਸਟਰਾਂ ਦੇ ਵਿਚਾਲੇ ਫਾਇਰਿੰਗ ਹੋਈ। ਮੁਠਭੇੜ ਦੇ ਦੌਰਾਨ ਪ੍ਰਿੰਸ ਉਸ ਪਰਮਜੀਤ ਤੇ ਕਰਮਜੀਤ ਜ਼ਖਮੀ ਹੋਏ ਨੇ। ਦੋਹਾਂ ਗੈਂਗਸਟਰਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ। ਫਿਰੌਤੀ ਦੇ ਸਮੇਤ ਕਈ ਮਾਮਲਿਆਂ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਲੋੜੀਂਦੇ ਸਨ। ਰਾਜਪੁਰਾ ਦਾ ਰਹਿਣ ਵਾਲਾ ਗੈਂਗਸਟਰ ਪ੍ਰਿੰਸ ਪੁਲਿਸ ਕਈ ਦਿਨਾਂ ਤੋਂ ਇਸਦੀ ਭਾਲ ਕਰ ਰਹੀ ਸੀ। ਨਾਕਾ ਤੋੜ ਕੇ ਭੱਜਣ ਦੀ ਫਿਰਾਕ ਦੇ ਵਿੱਚ ਸਨ ਦੋਨੋਂ। ਸਾਡੇ ਨਾਲ ਮੋਹਾਲੀ ਦੇ SSP ਡਾਕਟਰ ਸੰਦੀਪ ਗਰਗ ਨੇ। ਡਾਕਟਰ ਸਾਹਿਬ, ਜਿਹੜੀ ਵਾਰਦਾਤ ਹੋਈ ਹੈ, ਇਹ ਕਿਸ ਤਰ੍ਹਾਂ ਦੀ ਵਾਰਦਾਤ ਸੀ, ਕਿੱਥੋਂ ਆਏ ਸੀਗੇ? ਇਕੱਠੀ ਆ ਜਾਓ ਯਾਰ ਜੀ। ਹਾਂਜੀ, ਮਾਣਯੋਗ CM ਸਾਹਿਬ ਦੇ ਅਤੇ ਮਾਣਯੋਗ DGP ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਹੜਾ ਮਾਰੇ ਅਨਸਰਾਂ ਦੇ ਖਿਲਾਫ ਜਿਹੜੀ ਮੁਹਿੰਮ ਸਾਡੇ ਵੱਲੋਂ ਛੇੜੀ ਗਈ ਹੈ ਪੰਜਾਬ ਪੁਲਿਸ ਵੱਲੋਂ, ਉਹਦੀ ਲੜੀ ਦੇ ਵਿੱਚ ਸਾਨੂੰ ਇੱਕ ਇਨਫੋਰਮੇਸ਼ਨ ਆਈ ਕਿ ਕੁਛ ਮਾੜੇ ਅਨਸਰ ਇਸ ਇਲਾਕੇ ਦੇ ਵਿੱਚ ਘੁੰਮ ਰਹੇ ਹਨ ਅਤੇ ਕੁਛ ਕਾਰ ਸਨੈਚਿੰਗ ਦੇ ਇੰਸੀਡੈਂਸਿਸ ਨਾਲ ਇਹਨਾਂ ਦਾ ਸੰਬੰਧ ਹੈ। ਅਤੇ ਸਾਨੂੰ ਇੱਕ ਹੋਰ ਇਨਫੋਰਮੇਸ਼ਨ ਆਈ ਜਿਹਦੇ ਤਹਿਤ ਇੱਕ ਸਵਿਫਟ ਡਿਜ਼ਾਇਰ ਗੱਡੀ ਜਿਹੜੀ ਸੀਗੀ, ਜਿਹੜੀ ਕਿ ਸਨੈਚ ਹੋਈ ਸੀਗੀ, ਉਹਦੇ ਨਾਲ ਮਿਲਦੀ ਜੁਲਦੀ ਸੀ, ਇਸ ਇਲਾਕੇ ਦੇ ਵਿੱਚ ਖੜੀ ਹੈ। ਤਾਂ ਸਾਡੀ ਪੁਲਿਸ ਪਾਰਟੀਜ਼ ਵੱਲੋਂ ਇਮੀਜੀਏਟਲੀ ਗੱਡੀ ਜਿਹੜੀ ਹੈਗੀ ਹੈ ਉਹਨੂੰ ਘੇਰਾ ਪਾਇਆ ਗਿਆ ਅਤੇ ਉਹਨਾਂ ਨੂੰ ਅਪੀਲ ਕੀਤੀ ਗਈ ਕਿ ਉਹ ਸਰੈਂਡਰ ਕਰਨ। ਸਰੈਂਡਰ ਕਰਨ ਦੀ ਬਜਾਏ ਉਹ ਪਹਿਲਾਂ ਤਾਂ ਉਹਨਾਂ ਨੇ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ, ਜਦੋਂ ਨਹੀਂ ਸਕਸੈਸਫੁੱਲ ਹੋ ਸਕੇ ਤਾਂ ਗੱਡੀ 'ਚੋਂ ਨਿਕਲ ਕੇ ਪੁਲਿਸ ਪਾਰਟੀ 'ਤੇ ਫਾਇਰਿੰਗ ਕਰਦੇ ਹੋਏ ਭੱਜਣ ਦੀ ਕੋਸ਼ਿਸ਼ ਕੀਤੀ। ਤਾਂ ਪੁਲਿਸ ਵੱਲੋਂ ਜਵਾਬੀ ਫਾਇਰਿੰਗ ਕਰਦੇ ਹੋਏ ਇਮੀਜੀਏਟਲੀ ਉਹਨਾਂ ਦੀ ਲੱਤਾਂ ਦੇ ਵਿੱਚ ਜਿਹੜੀ ਹੈਗੀ ਹੈ ਗੋਲੀਆਂ ਵੱਜੀਆਂ ਅਤੇ ਉਹ ਹੁਣ ਜੇਰੇ ਇਲਾਜ ਨੇ ਹੋਸਪਿਟਲ 'ਚ ਲਿਜਾਏ ਗਏ ਹਨ। ਅਤੇ ਇਹਨਾਂ ਦੀ ਪੁੱਛਗਿੱਛ ਦੌਰਾਨ ਪ੍ਰੀਲੀਮਿਨਰੀ ਜਿਹੜੀ ਹਜੇ ਹੋਈ ਹੈ ਉਹ ਫਿਲਹਾਲ ਇਹ ਸਾਹਮਣੇ ਆਇਆ ਹੈ ਕਿ ਇਹਨਾਂ ਨੇ 2 ਕਾਰਜੈਕਿੰਗ ਦੇ ਇੰਸੀਡੈਂਸਿਸ ਕੀਤੇ ਨੇ। ਇੱਕ ਸਵਿਫਟ ਡਿਜ਼ਾਇਰ ਅਤੇ ਇੱਕ ਥਾਰ ਗੱਡੀ ਸਨੈਚ ਕੀਤੀ ਸੀ। ਇੱਕ 82 ਸੈਕਟਰ ਦੇ ਵਿੱਚ ਇਹਨਾਂ ਨੇ ਇੱਕ ਗੱਡੀ ਸਨੈਚਿੰਗ ਕਰਨੀ ਸੀ, ਅਟੈਂਪਟ ਕੀਤਾ ਸੀਗਾ, ਪਰ ਉਹ ਸਮਾਂ ਉਹ ਲੜਕਾ ਉਹ ਮੌਕਾ ਦੇਖ ਕੇ ਭੱਜ ਗਿਆ ਸੀਗਾ ਅਤੇ ਉਹ ਬਚਤ ਰਹਿ ਗਈ ਸੀਗੀ। ਇਸ ਤੋਂ ਇਲਾਵਾ ਜ਼ੀਰਕਪੁਰ ਦੇ ਵਿੱਚ 3 ਐਕਸਟੋਰਸ਼ਨ ਕਾਲ ਜਿਹੜੀਆਂ ਸੀਗੀਆਂ ਅਸੀਂ ਉਹਨੂੰ ਟਰੇਸ ਕਰ ਰਹੇ ਸੀਗੇ, ਉਹ ਵੀ ਹੁਣ ਜੋ ਇਹਨੇ ਪੁੱਛਗਿੱਛ ਦੇ ਦੌਰਾਨ ਇਹ ਮੰਨੇ ਹਨ ਕਿ ਇਹੀ ਉਹ ਐਕਸਟੋਰਸ਼ਨ ਕਾਲਸ ਕਰ ਰਹੇ ਸਨ। ਅਤੇ ਸਰ, ਇਹਨਾਂ ਦਾ ਦੋਨਾਂ ਨਾਮ ਕੀ ਹੈ ਅਤੇ ਪਹਿਲਾਂ ਕਿਹੜੀ ਕਿਹੜੀ ਵਾਰਦਾਤ 'ਚ ਸ਼ਾਮਲ ਰਹੇ ਨੇ ਉਹ? ਨਹੀਂ, ਇਹੀ ਜਿਹੜੀ ਵਾਰਦਾਤਾਂ ਨੇ, ਪੁਰਾਣਾ ਕ੍ਰਿਮੀਨਲ ਰਿਕਾਰਡ ਅਸੀਂ ਹੁਣ ਇਹਨਾਂ ਦਾ ਚੈੱਕ ਕਰਾਂਗੇ ਕਿ ਕੀ ਇਹਨਾਂ ਦਾ ਪੁਰਾਣਾ ਕ੍ਰਿਮੀਨਲ ਰਿਕਾਰਡ ਹੈ। ਇਹਨਾਂ ਦਾ ਨਾਮ ਇੱਕ ਤਾਂ ਪ੍ਰਿੰਸ ਹੈ, ਜਿਹੜਾ ਮੇਨ ਇਹਨਾਂ ਦਾ ਸਰਗਨਾ ਹੈ ਉਹ ਪ੍ਰਿੰਸ ਹੈ, ਇਹ ਰਾਜਪੁਰੇ ਦਾ ਰਹਿਣ ਵਾਲਾ ਹੈ ਅਤੇ ਉਸਦਾ ਇੱਕ ਸਾਥੀ ਹੈ ਕਰਮਜੀਤ, ਜਿਹੜਾ ਕਿ ਕੁਰੂਕਸ਼ੇਤਰ ਦਾ ਰਹਿਣ ਵਾਲਾ ਹੈ। ਅਤੇ ਇਹਨਾਂ ਨੇ ਹੋਰ ਕੋਈ ਜਿਹੜੀ ਤੁਸੀਂ ਕਾਲ ਕਰਦੇ ਧਮਕੀ ਦੇਣ ਦੀ ਕਾਲ ਕੀਤੀ ਹੈ ਪੈਸੇ ਵਾਸਤੇ, ਉਹ ਜੀਰਕਪੁਰ 'ਚ ਕਿੱਥੇ ਕਿੱਥੇ ਕੀਤੀਆਂ ਸੀਗੀਆਂ? ਇਹ 2 ਤਾਂ ਪ੍ਰੋਪਰਟੀ ਡੀਲਰ ਸੀਗੇ ਜੋ ਇਹ ਵਰਬਲੀ ਦੱਸ ਰਹੇ ਨੇ, ਬਾਕੀ ਇਹ ਹੁਣੇ ਇੰਸੀਡੈਂਟ ਹੋਇਆ, ਡਿਟੇਲਡ ਇਹਨਾਂ ਦੀ ਪੁੱਛਗਿੱਛ ਕੀਤੀ ਜਾਏਗੀ ਅਤੇ ਫਰਦਰ ਡਿਸਕਲੋਜਰਸ ਕਾਫੀ ਹੋਣ ਦੀ ਉਮੀਦ ਹੈ ਇਹਨਾਂ ਤੋਂ। ਤਾਂ ਸਰ, ਗੱਡੀ ਜੋ ਹੈਗੀ ਇਹਨਾਂ ਨੇ ਸਨੈਚ ਕੀਤੀ ਸੀ, ਜਿਹੜੇ ਵੈਪਨ ਨੇ ਇਹਨਾਂ ਦੇ ਆਪਣੇ ਨੇ, ਕਿੱਦਾਂ ਦੇ ਨੇ, ਇਲੀਗਲ ਨੇ? ਇਹ ਸਾਰੀਆਂ ਚੀਜ਼ਾਂ ਦੀ ਜੁਰਿਕ ਇਨਵੈਸਟੀਗੇਸ਼ਨ ਦੇਖਾਂਗੇ। ਸਾਡੀ ਫੋਰੈਂਸਿਕ ਟੀਮਸ ਵੀ ਔਨ ਦੇਅਰ ਵੇ ਹੈ, ਤਾਂ ਹੁਣੇ ਸਾਰੀ ਫੋਰੈਂਸਿਕ ਟੀਮਸ ਵੀ ਸਾਡੀ ਆ ਜਾਣਗੀਆਂ ਅਤੇ ਉਹ ਵੀ ਪ੍ਰੋਪਰ ਜਿਹੜੀ ਇਨਵੈਸਟੀਗੇਸ਼ਨ ਕੀਤੀ ਜਾਏ। ਕੈਮਰਾ ਪਰਸਨ ਪ੍ਰਵੀਨ ਕੁਮਾਰ ਦੇ ਨਾਲ ਮਨੋਜ ਜੋਸ਼ੀ, G Media, ਚੰਡੀਗੜ੍ਹ।